ਇਹ ਵੀਰ ਜੀ ਬੂਟਾ ਮੇਰੀ ਦਾਤੀ ਜੀ ਨੇ ਲਾਇਆ ਸੀ ਸਵਰਗ ਵਾਸੀ ਗੁਰਦੇਵ ਕੌਰ ਨੇ ਜੀ ਤੇ 2003 ਦਾ ਬੂਟਾ ਲੱਗਿਆ ਹੈ ਜੀ ਇਹ ਅਮਰੂਦ ਦਾ ਅੱਛਾ ਜੀ ਹਾਂ ਉਹਨਾਂ ਦੀ ਨਿਸ਼ਾਨੀ ਹੈ ਉਹਨਾਂ ਦੀ ਜਾਤ ਚ ਉਹਨਾਂ ਦੇ ਹੱਥੋਂ ਲੱਗਿਆ ਹੈ ਬੂਟਾ ਜੀ ਜੀ ਇਹ ਵੀਰ ਜੀ ਜਿਹੜਾ ਬੂਟਾ ਸੀ ਨਾ ਮੇਰਾ ਖੁਦ ਦਾ ਕਾਰਪੈਂਟਰ ਦਾ ਕੰਮ ਹੈ ਜੀ ਅੱਛਾ ਤੇ ਮੈਂ ਵਰਕਸ਼ਾਪ ਬਣਾਉਣੀ ਸੀ ਵਰਕਸ਼ਾਪ ਬਣਾਉਣ ਤੋਂ ਬਾਅਦ ਵਾਸਤੇ ਮੈਂ ਇਹਦੇ ਪਰ ਲੈਂਟਰ ਪਾਉਣਾ ਸੀਗਾ ਇਹ ਜਗ੍ਹਾ ਦੇ ਉੱਪਰ ਹੁਣ ਮੈਂ ਗਾਟਰ ਵਾਲੇ ਪਾਏ ਨੇ ਜੀ ਇਸੇ ਗੱਲ ਕਰਕੇ ਸਿਰਫ ਅਮਰੂਦ ਦੇ ਬੂਟੇ ਕਰਕੇ ਅੱਛਾ ਤੇ ਇਹ ਲੈਂਟਰ ਪਾਉਣਾ ਸੀਗਾ ਤੇ ਜਦੋਂ ਮਿਸਤਰੀ ਨਾਲ ਮੈਂ ਗੱਲਬਾਤ ਕੀਤੀ ਵੀ ਐਂ ਕਰਕੇ ਵੀਰੇ ਲੈਂਟਰ ਪਾਉਣਾ ਕਹਿੰਦਾ ਫਿਰ ਅਮਰੂਦ ਮੈਂ ਅਮਰੂਦ ਤਾਂ ਰੱਖਾਂਗੇ ਯਾਰ ਪਰ ਵੱਢਦਾ ਨਹੀਂ ਗਾ ਮੈਂ ਕਿਉਂਕਿ ਇਹ ਮੇਰੇ ਵਾਸਤੇ ਬੂਟਾ ਨਹੀਂ ਮੇਰੇ ਵਾਸਤੇ ਮੇਰੀ ਦਾਤੀ ਹੈ ਅਸੀਂ ਇਹਦਾ ਫਲ ਵੀ ਖਾਂਦੇ ਹਾਂ ਮੇਰੇ ਬੱਚੇ ਵੀ ਵਾਲ ਖਾਂਦੇ ਉਹਨਾਂ ਦੇ ਪੜੋਤੇ ਪੜੋਤੇ ਪੜੋਤੀਆਂ ਹੋ ਗਈਆਂ ਜਿਹੜੇ ਉਹ ਵੀ ਗਾਂ ਫਲ ਖਾਂਦੇ ਰਹੇ ਤੇ ਜਿਹੜੇ ਦੂਜੇ ਭਾਈ ਸੀ ਉਹਨਾਂ ਤੋਂ ਕੋਈ ਇਤਰਾਜ਼ ਹੋਣਾ ਨਹੀਂ ਸੀ ਉਹ ਵੈਸੇ ਉਹ ਕਰਦੇ ਕਹਿੰਦੇ ਯਾਰ ਕੋਈ ਐਡੀ ਵੀ ਕੀ ਗੱਲ ਹੈ ਕੋਈ ਹੁੰਦਾ ਵੀ ਜੋ ਬੂਟਾ ਜਾਂ ਬੂਟਾ ਆਪਾਂ ਕੋਈ ਹੋਰ ਕਰ ਲਾਂਗੇ ਮੈਂ ਨਾ ਆਇਆ ਕੁਛ ਨਹੀਂ ਹੁੰਦਾ ਜਾਂ ਵੀਰੇ ਆਪਾਂ ਬੂਟਾ ਨਹੀਂ ਵੱਢਦੇ ਬੂਟਾ ਤਾਂ ਮੈਂ ਰੱਖੂੰਗੇ ਰੱਖੂੰਗਾ ਚਾਹੇ ਮੈਨੂੰ ਉਰੋ ਜਗ੍ਹਾ ਖਾਲੀ ਕਰਨੀ ਪਏ ਤਾਂ ਵੀ ਕੋਈ ਚੱਕਰ ਨਹੀਂ ਉਹਨਾਂ ਨੂੰ ਬਹੁਤ ਸ਼ੌਂਕ ਆ ਇਹਨੂੰ ਪਾਣੀ ਪਾਉਣਾ ਹੋਰ ਸਾਂਭ ਸੰਭਾਲ ਕਰਨੀ ਇਹਦੇ ਉੱਪਰ ਹੁਣ ਚਲੋ ਥੋੜ੍ਹਾ ਜਿਹਾ ਹੋਆ ਇੱਥੇ ਪੰਛੀ ਵੀ ਆ ਕੇ ਲੈਣਾ ਪਾਉਣਗੇ ਹੁਣ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਜਾ ਰਿਹਾ ਇਹਦੇ ਪੰਛੀ ਵੀ ਰਹਿੰਦੇ ਨੇ ਉੱਥੇ ਮਰੂਦ ਤੋੜੇ ਜਾਂਦੇ ਉੱਥੇ ਲੈ ਬੈਠੇ ਰਹਿੰਦੇ ਨੇ ਯਾਨੀ ਕਿ ਕੁਦਰਤ ਨਾਲ ਬਹੁਤ ਨੇੜੇ ਲੈ ਕੇ ਗਿਆ ਹੋਇਆ ਇਹ ਬੂਟਾ ਸਾਨੂੰ ਇਹ ਬੂਟਾ ਹੀ ਸਾਡੇ ਦਾਦੀ ਜੀ ਦੀ ਨਿਸ਼ਾਨੀ ਹੈ ਡੈਡੀ ਜੀ ਨੇ ਦੱਸਿਆ ਸੀ ਕਿ 2003 ਤੋਂ 2004 ਦੇ ਵਿੱਚ ਲਗਾਇਆ ਗਿਆ ਸੀ ਇਹ ਬਹੁਤ ਵਧੀਆ ਨਾਲ ਫਲ ਦਿੰਦਾ ਇਹਦੇ ਵਿੱਚ ਦਾਦੀ ਜੀ ਦੀ ਜਿਹੜੀ ਨਿਸ਼ਾਨੀ ਹੈ ਦਾਦੀ ਜੀ ਦਿੰਦੇ ਨੇਗੇ ਪਾਲਿਆ ਹੋਇਆ ਸੀ ਲਗਾਇਆ ਹੋਇਆ ਸੀ ਅਸੀਂ ਪਾਲ ਰਹੇ ਹਾਂ ਜੀ ਇਹਨਾਂ ਨੂੰ ਪਾਣੀ ਵੀ ਦਿੰਦੇ ਹਾਂ ਅਤੇ ਇਸ 'ਤੇ ਫਲ ਵੀ ਲੱਗਦੇ ਨੇ ਜੀ ਬੱਚੇ ਵੀ ਖਾਂਦੇ ਨੇ ਇਹਨਾਂ ਨੂੰ ਸਾਨੂੰ ਇੱਕ ਤਰ੍ਹਾਂ ਇਹ ਦਾਦੀ ਮਹਿਸੂਸ ਹੋ ਰਹੀ ਹੈ ਜੀ ਨੈਕਸਟ ਪੰਜਾਬ 'ਤੇ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਦੇ ਹਾਂ ਆਖਿਆ ਜਾਂਦਾ ਹੈ ਕਿ ਜਿਹੜੇ ਰਿਸ਼ਤੇ ਨੇ ਉਹ ਇੱਕ ਮਤਲਬ ਦੇ ਰਿਸ਼ਤੇ ਰਹਿ ਗਏ ਜਿੰਨੀ ਦੇਰ ਤੱਕ ਲੋੜ ਹੁੰਦੀ ਆ ਉਹ ਰਿਸ਼ਤਿਆਂ ਨਾਲ ਨਿਭਾਇਆ ਜਾਂਦਾ ਪਰ ਤੁਹਾਨੂੰ ਅੱਜ ਇੱਕ ਐਸੀ ਮਿਸਾਲ ਵਿਖਾਵਾਂਗੇ ਕਿ ਇਨਸਾਨ ਜਿਹੜਾ ਦਾਦੀ ਨੇ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਨੂੰ ਯਾਦ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅੱਜ ਉਹ ਵੀ ਇੱਕ ਐਸਾ ਬੂਟਾ ਅਮਰੂਦ ਦਾ ਲੱਗਿਆ ਹੈ ਜੋ ਕਿ ਉਹਨਾਂ ਨੇ ਉਹਨਾਂ ਦੀ ਦਾਦੀ ਨੇ ਲਗਾਇਆ ਸੀਗਾ ਤੁਸੀਂ ਵੇਖ ਸਕਦੇ ਹੋ ਕਿ ਉਹ ਇਹੀ ਬੂਟਾ ਹੈ ਜਦ ਇਹਨਾਂ ਨੇ ਪਹਿਲਾਂ ਮਕਾਨ ਕੱਚਾ ਸੀਗਾ ਉਸ ਤੋਂ ਬਾਅਦ ਜਦੋਂ ਇਹਨਾਂ ਮਕਾਨ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਿੱਚ ਲੈਂਟਰ ਆ ਗਿਆ ਤਾਂ ਮਿਸਤਰੀ ਦਾ ਆਖਣਾ ਸੀਗਾ ਕਿ ਇਸ ਨੂੰ ਵੱਢਣਾ ਪਵੇਗਾ ਪਰ ਜਿਹੜੇ ਉਹਨਾਂ ਦੇ ਦੋਤੇ ਨੇ ਉਹਨਾਂ ਦਾ ਆਖਣਾ ਸੀਗਾ ਕਿ ਨਹੀਂ ਇਹ ਦਰਖਤ ਮੈਂ ਨਹੀਂ ਵੱਢਣਾ ਕਿਉਂਕਿ ਇਹਦੇ ਨਾਲ ਮੇਰੀ ਦਾਦੀ ਦੀ ਯਾਦ ਜੁੜੀ ਹੈ ਸਾਡੇ ਨਾਲ ਉਹ ਵੀਰ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਭਾਅ ਜੀ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਸਾਡੇ ਸੁਣ 'ਚ ਆਇਆ ਕਿ ਜਦੋਂ ਇਹ ਬੂਟਾ ਕਦੋਂ ਲਾਇਆ ਸੀਗਾ ਤਾਂ ਕਿਹਨੇ ਲਾਇਆ ਸੀ ਇਹ ਵੀਰ ਜੀ ਬੂਟਾ ਮੇਰੀ ਦਾਦੀ ਜੀ ਨੇ ਲਾਇਆ ਸੀ ਸਵਰਗ ਵਾਸੀ ਗੁਰਦੇਵ ਕੌਰ ਨੇ ਜੀ ਇਹ 2003-04 ਦੇ ਵਿੱਚ 2003 ਦਾ ਬੂਟਾ ਲੱਗਿਆ ਹੈ ਜੀ ਇਹ ਅਮਰੂਦ ਦਾ ਅੱਛਾ ਜੀ ਹਾਂ ਉਹਨਾਂ ਦੀ ਨਿਸ਼ਾਨੀ ਉਹਨਾਂ ਦੀ ਜਾਤ 'ਚ ਉਹਨਾਂ ਦੇ ਹੱਥੋਂ ਲੱਗਿਆ ਹੈ ਬੂਟਾ ਜੀ ਇਹ ਅਤੇ ਜੀ ਦੂਜੇ ਪਾਸੇ ਗੱਲ ਕਰੀਏ ਕਿ ਜਦੋਂ ਮਿਸਤਰੀ ਤੁਸੀਂ ਲਾਉਂਦੇ ਹੋ ਤਾਂ ਮਿਸਤਰੀ ਆਖਦਾ ਕਿ ਵੱਢਣਾ ਇਹ ਉਹ ਵੀ ਕਹਾਣੀ ਸਾਨੂੰ ਸਾਰੀ ਦੱਸੋ ਇਹ ਵੀਰ ਜੀ ਜਿਹੜਾ ਬੂਟਾ ਸੀ ਨਾ ਮੇਰਾ ਖੁਦ ਦਾ ਕਾਰਪੈਂਟਰ ਦਾ ਕੰਮ ਹੈ ਜੀ ਤੇ ਮੈਂ ਵਰਕਸ਼ਾਪ ਬਣਾਉਣੀ ਸੀ ਵਰਕਸ਼ਾਪ ਬਣਾਉਣ ਤੋਂ ਬਾਅਦ ਵਾਸਤੇ ਮੈਂ ਇਹਦੇ ਉੱਪਰ ਲੈਂਟਰ ਪਾਉਣਾ ਸੀਗਾ ਇਹ ਜਗ੍ਹਾ ਦੇ ਉੱਪਰ ਹੁਣ ਮੈਂ ਗਾਟਰ ਵਾਲੇ ਪਾਏ ਨੇ ਜੀ ਇਸੇ ਗੱਲ ਕਰਕੇ ਸਿਰਫ ਅਮਰੂਦ ਦੇ ਬੂਟੇ ਕਰਕੇ ਤੇ ਇਹ ਲੈਂਟਰ ਪਾਉਣਾ ਸੀਗਾ ਤੇ ਜਦੋਂ ਮਿਸਤਰੀ ਨਾਲ ਮੈਂ ਗੱਲਬਾਤ ਕੀਤੀ ਵੀ ਐਂ ਕਰਕੇ ਵੀਰੇ ਲੈਂਟਰ ਪਾਉਣਾ ਕਹਿੰਦਾ ਫਿਰ ਅਮਰੂਦ ਮੈਂ ਅਮਰੂਦ ਤਾਂ ਰੱਖਾਂਗੇ ਯਾਰ ਕਹਿੰਦਾ ਨਹੀਂ ਯਾਰ ਕਹਿੰਦਾ ਅਮਰੂਦ ਰੱਖੇ ਆ ਕਹਿੰਦਾ ਚਲੋ ਹੁਣ ਤਾਂ ਥੋੜੇ ਪੱਤਝੜ ਕਰਕੇ ਥੋੜੇ ਪੱਤੇ ਝੜੇ ਨੇ ਤੁਹਾਡੇ ਬਹੁਤ ਸੋਹਣਾ ਬੂਟਾ ਹੁੰਦਾ ਜੀ ਇਹ ਫਲ ਵੀ 12 ਮਾਸੀ ਸਮਝੋ ਆਏਗਾ ਜੀ ਇਹ ਤੇ ਉਹ ਕਹਿੰਦਾ ਕਹਿੰਦਾ ਯਾਰ ਕੱਲ੍ਹ ਨੂੰ ਤਰੇਲ ਪਊਗੀ ਮੀਂਹ ਪੈਂਦਾ ਜਦੋਂ ਵੀ ਇੱਥੋਂ ਲੈਂਟਰ ਦਾ ਸਰੀਆ ਹੋਊਗਾ ਵਿਚੋਣ ਲੱਗ ਜੂ ਲੋਕ ਮੈਨੂੰ ਮਾੜਾ ਕਹਿਣਗੇ ਵੀ ਤੂੰ ਫਿਰ ਨਾ ਲੈਂਟਰ ਪਾ ਰਹੇ ਤੂੰ ਗਾਟਰ ਵਾਲੇ ਪਾ ਦੇ
ਜਾਂ ਫਿਰ ਇਹਨੂੰ ਵੱਢ। ਮੈਂ ਯਾਰ ਤੂੰ ਗਾਟਰ ਵਾਲੀ ਪਾ ਦੇ, ਪਰ ਵੱਢਦਾ ਨਹੀਂ ਗਾ ਮੈਂ, ਕਿਉਂਕਿ ਇਹ ਮੇਰੇ ਵਾਸਤੇ ਬੂਟਾ ਨਹੀਂ, ਮੇਰੇ ਵਾਸਤੇ ਮੇਰੀ ਦਾਦੀ ਹੈ ਜੀ। ਹਾਂ ਜੀ, ਅਸੀਂ ਇਹਦਾ ਫਲ ਵੀ ਖਾਂਦੇ ਹਾਂ, ਗਾਹਾਂ ਮੇਰੇ ਬੱਚੇ ਵੀ ਵਾਲ ਖਾਂਦੇ ਨੇ, ਉਹਨਾਂ ਦੇ ਪੜੋਤੇ ਪੋਤੇ ਪੜੋਤੀਆਂ ਹੋ ਗਏ ਜਿਹੜੇ, ਉਹ ਵੀ ਗਾਹਾਂ ਫਲ ਖਾਂਦੇ ਨੇ ਜੀ। ਘਰੇ ਨਹੀਂ ਇਹ ਗੱਲ ਦਾ ਇਤਰਾਜ਼ ਜਤਾਇਆ ਕਿ ਇੱਕ ਬੂਟੇ ਪਿੱਛੇ ਕਿ ਆਪਾਂ ਲੈਂਟਰ ਨਹੀਂ ਪਾਉਂਦੇ ਰਹੇ, ਕਿ ਇਹੋ ਜਿਹੀ ਕੋਈ ਵਾਕਿਆ ਹੋਇਆ ਹੋਵੇ ਜੀ? ਨਹੀਂ, ਇਹ ਜਿਹੜਾ ਇਤਰਾਜ਼ ਸੀਗਾ, ਫਿਰ ਮੈਂ ਵਰਕਸ਼ਾਪ ਬਣਾਉਣੀ ਸੀ ਅਤੇ ਸਾਡੀ ਭਾਈਆਂ ਵੰਡ ਦੇ ਵਿੱਚ ਜਗ੍ਹਾ ਮਿਲ ਵੀ ਆ ਗਈ ਸੀ, ਅਤੇ ਜਿਹੜੇ ਦੂਜੇ ਭਾਈ ਸੀ ਉਹਨਾਂ ਤੋਂ ਕੋਈ ਇਤਰਾਜ਼ ਹੋਣਾ ਨਹੀਂ ਸੀ। ਉਹ ਵੈਸੇ ਉਹ ਕਰਦੇ ਸੀ, ਕਹਿੰਦੇ ਯਾਰ ਕੋਈ ਐਡੀ ਵੀ ਕੀ ਗੱਲ ਹੈ, ਕੋਈ ਉੱਦਾਂ ਵੀ ਤੂੰ ਬੂਟਾ ਹੀ ਆ ਬੂਟਾ ਆਪਾਂ ਕੋਈ ਹੋਰ ਉਹ ਕਰ ਲਾਂਗੇ। ਮੈਂ ਨਾ ਯਾਰ ਕੁਛ ਨਹੀਂ ਹੁੰਦਾ ਗਾ ਵੀਰੇ, ਆਪਾਂ ਬੂਟਾ ਨਹੀਂ ਵੱਢਦੇ, ਬੂਟਾ ਤਾਂ ਮੈਂ ਰੱਖੂੰਗਾ ਰੱਖੂੰਗਾ, ਚਾਹੇ ਮੈਨੂੰ ਉਰੋ ਜਗ੍ਹਾ ਖਾਲੀ ਛੱਡਣੀ ਪਏ ਤਾਂ ਵੀ ਕੋਈ ਚੱਕਰ ਨਹੀਂ। ਫਿਰ ਮੈਨੂੰ ਸਪੈਸ਼ਲੀ ਇਹਦੇ ਵਾਸਤੇ ਇੰਨੀ ਜਗ੍ਹਾ ਛੱਡ ਕੇ ਜੀ ਬੂਟਾ ਬਾਹਰ ਕੱਢਿਆ, ਹੁਣ ਵੀ ਇਹਨੂੰ ਪੂਰਾ ਯਾਨੀ ਕਿ ਬੱਚਿਆਂ ਵਾਂਗੂ ਸੰਭਾਲ ਰੱਖੀ ਹੋਈ ਹੈ ਪੂਰੀ ਬੂਟੇ ਦੀ। ਅੱਛਾ ਜੀ। ਹਾਂ ਜੀ। ਅਤੇ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਕਿ ਇਹ ਸ਼ੌਂਕ ਇਕੱਲਾ ਤੁਹਾਨੂੰ ਹੈ, ਸ਼ੌਂਕ ਨਹੀਂ ਕਹਿ ਸਕਦੇ ਕਿ ਪਿਆਰ ਹੈ ਜਿਹੜੇ ਤੁਹਾਨੂੰ ਹੀ ਹੈ, ਕਿ ਤੁਹਾਡੇ ਜਿਹੜੇ ਪਰਿਵਾਰ ਦੇ ਹੋਰ ਮੈਂਬਰ ਆ ਉਹ ਵੀ ਉਨੇ ਹੀ ਕਰਦੇ? ਸਾਰਿਆਂ ਨੂੰ ਇਹ ਸ਼ੌਂਕ ਹੈ ਜੀ, ਸਾਡੇ ਬੱਚੇ ਤਾਂ ਇੰਨੇ ਖੁਸ਼ ਹੁੰਦੇ ਨੇ, ਯਾਨੀ ਕਿ ਅਮਰੂਦ ਆਪ ਤੋੜ ਕੇ ਖਾਂਦੇ ਨੇ ਉਹ, ਜਦੋਂ ਆਪਾਂ ਕਹਿ ਦਈਏ ਠੀਕ ਹੈ ਨਹੀਂ ਵੀ ਟੀ ਸੀ ਤੋਂ ਅਮਰੂਦ ਤੋੜਿਆ, ਉਹ ਯਾਨੀ ਕਿ ਆਪ ਤੋੜ ਕੇ ਖਾ ਰਹੇ ਨੇ ਉਹ ਅਮਰੂਦ ਦੀ, ਕਹਿੰਦੇ ਨਹੀਂ ਉਹਨਾਂ ਨੂੰ ਬਹੁਤ ਸ਼ੌਂਕ ਆ ਇਹਨੂੰ ਪਾਣੀ ਪਾਉਣਾ, ਹੋਰ ਸਾਂਭ ਸੰਭਾਲ ਕਰਨੀ ਇਹਦੇ ਉੱਪਰ। ਹੁਣ ਚਲੋ ਥੋੜ੍ਹਾ ਜਿਹਾ ਹੋਊਗਾ, ਇੱਥੇ ਪੰਛੀ ਵੀ ਆ ਕੇ ਰਹਿਣਾ ਪਾਉਣਗੇ, ਹੁਣ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਜਾ ਰਿਹਾ, ਇਹਦੇ ਪੰਛੀ ਵੀ ਰਹਿੰਦੇ ਨੇ, ਉੱਥੇ ਅਮਰੂਦ ਤੋੜੇ ਜਾਂਦੇ, ਉੱਥੇ ਲੋਕ ਬੈਠੇ ਰਹਿੰਦੇ ਨੇ, ਯਾਨੀ ਕਿ ਕੁਦਰਤ ਨਾਲ ਬਹੁਤ ਨੇੜੇ ਲੈ ਕੇ ਗਿਆ ਹੋਇਆ ਇਹ ਬੂਟਾ ਸਾਨੂੰ, ਸਾਡੇ ਗਾਹਾਂ ਰਿਸ਼ਤਿਆਂ ਨਾਲ ਵੀ, ਦਾਦੀ ਨਾਲ ਵੀ, ਅਤੇ ਸਾਨੂੰ ਕੁਦਰਤ ਦੇ ਬਹੁਤ ਨੇੜੇ ਲੈ ਕੇ ਆਇਆ ਹੈ। ਇਹ ਸਨ ਸਾਡੇ ਨਾਲ ਗੁਰਪ੍ਰੀਤ ਜੀ, ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜਾ ਇਹ ਇੱਕ ਬੂਟਾ ਹੀ ਨਹੀਂ ਸਾਡੀ ਇਹ ਦਾਦੀ ਦਾ ਪਿਆਰ ਹੈ, ਜੋ ਕਿ ਸਾਨੂੰ ਹਮੇਸ਼ਾ ਆਪਣੀ ਦਾਦੀ ਦੀ ਯਾਦ ਦਵਾਉਂਦਾ। ਸਾਡੇ ਨਾਲ ਕੁਛ ਉਹਨਾਂ ਦੇ ਬੱਚੇ ਨੇ, ਉਹਨਾਂ ਦੀ ਇਸ ਤਰ੍ਹਾਂ ਲਾ ਲਓ ਕਿ ਤੀਜੀ ਪੀੜ੍ਹੀ ਹੈ, ਉਹਦੇ ਨਾਲ ਵੀ ਗੱਲ ਕਰਾਂ। ਕੀ ਨਾਮ ਬੇਟਾ? ਮੇਰਾ ਨਾਮ ਮਨਿੰਦਰ ਕੌਰ। ਮਨਿੰਦਰ ਕੌਰ, ਬੇਟਾ ਜਿਹੜਾ ਇਹ ਬੂਟਾ ਲੱਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ? ਇਹ ਬੂਟਾ ਹੀ ਸਾਡੇ ਦਾਦੀ ਜੀ ਦੀ ਨਿਸ਼ਾਨੀ ਹੈ। ਡੈਡੀ ਜੀ ਨੇ ਦੱਸਿਆ ਸੀ ਕਿ 2003 ਤੋਂ 2004 ਦੇ ਵਿੱਚ ਲਗਾਇਆ ਗਿਆ ਸੀ। ਇਹ ਬਹੁਤ ਵਧੀਆ ਨਾਲ ਫਲ ਦਿੰਦਾ, ਇਹਦੇ ਵਿੱਚ ਦਾਦੀ ਜੀ ਦੀ ਜਿਹੜੀ ਨਿਸ਼ਾਨੀ ਹੈ ਦਾਦੀ ਜੀ ਦਿੰਦੇ ਨੇਗੇ, ਇਹ ਡੈਡੀ ਜੀ ਦੀ ਦਾਦੀ ਜੀ ਨੇ ਲਗਾਇਆ ਸੀ। ਤੁਹਾਨੂੰ ਲੱਗਦਾ ਕਿ ਜਿਵੇਂ ਤੁਹਾਡੀ ਪੜਦਾਦੀ, ਆਪਾਂ ਹੁਣ ਤੋਂ ਪੜਦਾਦੀ ਕਹਿ ਸਕਦੇ ਹਾਂ, ਕੀ ਤੁਹਾਨੂੰ ਇਹ 'ਚ ਪੜਦਾਦੀ ਦਿਖਦੇ ਨੇ? ਹਾਂਜੀ। ਅੱਛਾ ਜੀ। ਕੀ ਨਾਮ ਬੇਟਾ? ਜਸਪ੍ਰੀਤ ਕੌਰ। ਕੀ ਕਹਿਣਾ ਚਾਹੋਗੇ? ਇਹ ਜੀ ਜਿਹੜਾ ਬੂਟਾ ਹੈ ਸਾਡੇ ਡੈਡੀ ਦੀ ਦਾਦੀ ਜੀ ਨੇ ਲਗਾਇਆ ਸੀ, ਇਹ 2003-04 ਦੇ ਵਿੱਚ ਲਗਾਇਆ ਸੀ। ਅਮਰੂਦ ਖਾਂਦੇ ਫਿਰ ਇਹਦੇ? ਸਵਾਦ ਹੁੰਦੇ ਨੇ? ਹਾਂਜੀ। ਅੱਛਾ। ਇਹ ਸਨ ਉਹਨਾਂ ਦੇ ਗੁਰਪ੍ਰੀਤ ਜੀ ਦੇ ਬੱਚੇ, ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜਾ ਇਹ ਬੂਟਾ ਹੈ ਇਹ ਸਾਡੀ ਪੜਦਾਦੀ ਦੀ ਇੱਕ ਨਿਸ਼ਾਨੀ ਹੈ, ਜੋ ਉਹਨਾਂ ਨੇ ਛੋਟੇ ਬੂਟਾ ਲਗਾਇਆ ਸੀ, ਤਾਂ ਜਦੋਂ ਇਹਨਾਂ ਨੇ ਲਗਾਇਆ ਸੀਗਾ ਤਾਂ ਇਹਨਾਂ ਦੀ ਦਾਦੀ ਨੇ ਆਖਿਆ ਸੀਗਾ ਕਿ ਬੇਟਾ ਇਹ ਬੂਟਾ ਨੂੰ ਨਾ ਅਖਾੜੀ, ਕਿਉਂਕਿ ਇਹਦੇ ਵਿੱਚ ਮੇਰਾ ਪਿਆਰ ਅਤੇ ਮੇਰੀ ਨਿਸ਼ਾਨੀ ਹੋਵੇਗੀ। ਇਸ ਕਰਕੇ ਹੀ ਇਹਨਾਂ ਨੇ ਇੰਨਾ ਜਿਹੜਾ ਲੈਂਟਰ ਹੈ, ਲੈਂਟਰ ਨੂੰ ਵੀ ਵਿੱਚੋਂ ਛੱਡ ਦਿੱਤਾ। ਇੱਕ ਵਾਰ ਤੁਹਾਨੂੰ ਤਸਵੀਰਾਂ ਵਿੱਚ ਵਿਖਾਉਣਾ ਚਾਹੁੰਦੇ ਹਾਂ ਕਿ ਉਹ ਬਿੱਟਾ ਹੈ ਕਿ ਜਿਸ ਦੇ ਵਿੱਚ ਇਹ ਨੀਚੋਂ ਨਿਕਲ ਕੇ ਆਇਆ ਹੈ, ਅਤੇ ਲੈਂਟਰ ਦੀ ਜਗ੍ਹਾ ਛੱਡੀ ਗਿਆ, ਅਮਰੂਦ ਦੇ ਫਲ ਵੀ ਲੱਗੇ ਹੋਏ ਨੇ। ਅਤੇ ਇਹਨਾਂ ਦਾ ਆਖਣਾ ਹੈ ਕਿ ਜਿਹੜਾ ਇਹ ਬੂਟਾ ਹੈ ਸਿਰਫ ਬੂਟਾ ਹੀ ਨਹੀਂ ਸਾਡੀ ਮੇਰੀ ਦਾਦੀ ਦਾ ਪਿਆਰ ਹੈ, ਕਿਉਂਕਿ ਇਹਦੇ ਨਾਲ ਸਿਰਫ ਮੈਂ ਹੀ ਨਹੀਂ ਮੇਰਾ ਜਿਹੜਾ ਪਰਿਵਾਰ ਆ ਉਹ ਵੀ ਸਾਰਾ ਜੁੜਿਆ ਹੈ। ਇਹਨਾਂ ਦੇ ਗੁਰਪ੍ਰੀਤ ਜੀ ਦੇ ਘਰ ਦੇ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੋਗੇ ਇਸ ਬੂਟੇ? ਇਹ ਬੂਟਾ ਸਾਡੀ ਦਾਦੀ ਜੀ ਦਾ ਪਾਲਿਆ ਹੋਇਆ ਸੀ, ਲਗਾਇਆ ਹੋਇਆ ਸੀ, ਅਸੀਂ ਪਾਲ ਰਹੇ ਹਾਂ ਜੀ, ਇਹਨਾਂ ਨੂੰ ਪਾਣੀ ਵੀ ਦਿੰਦੇ ਹਾਂ ਅਤੇ ਇਸ 'ਤੇ ਫਲ ਵੀ ਲੱਗਦੇ ਨੇ ਜੀ, ਬੱਚੇ ਵੀ ਖਾਂਦੇ ਨੇ ਇਹਨਾਂ ਨੂੰ। ਸਾਨੂੰ ਇੱਕ ਤਰ੍ਹਾਂ ਇਹ ਦਾਦੀ ਮਹਿਸੂਸ ਹੋ ਰਹੀ ਹੈ ਜੀ ਵੀ ਸਾਡੀ ਦਾਦੀ ਹੀ ਨੇਗੇ, ਸਾਨੂੰ ਬਸ ਫਲ ਦਿੰਦਾ ਜੀ, ਵਧੀਆ ਲੱਗਦਾ ਜੀ ਘਰੇ ਲਗਾਇਆ ਹੋਇਆ ਰੁੱਖ, ਅਸੀਂ ਇਹਨਾਂ ਕਰਕੇ ਜੀ ਲੈਂਟਰ ਨਹੀਂ ਲਗਾਇਆ, ਗਾਡਰ ਵਾਲੇ ਲਗਾਏ ਨੇ ਜੀ। ਕਿਤੇ ਮੈਂ ਪਹਿਲਾਂ ਵੀ ਵੀਰ ਜੀ ਨੂੰ ਪੁੱਛਿਆ ਸੀ ਕਿ ਅਣਬਾਨੀ ਹੋਈ ਕਿ ਭਾਈ ਤੂੰ ਆ ਬੂਟੇ ਹੈ? ਨਹੀਂ ਜੀ ਹੋਈ ਨਹੀਂ, ਅਸੀਂ ਸੋਚ ਲਿਆ ਸੀ ਵੀ ਜੀ ਦਾਦੀ ਜੀ ਹੋਏ ਨੇ ਸਾਡੇ ਇੱਕ ਤਰ੍ਹਾਂ ਜੀ, ਦਾਦੀ ਜੀ ਚਲੇ ਗਏ, ਚਲੋ ਇਹ ਦਾਦੀ ਦੀ ਨਿਸ਼ਾਨੀ ਇਹ ਦਾਦੀ ਹੋਈ ਠੀਕ ਨੇ। ਹਾਂਜੀ। ਇਹ ਸਨ ਗੁਰਪ੍ਰੀਤ ਜੀ ਦੇ ਘਰ ਦੇ, ਜਿਨ੍ਹਾਂ ਦਾ ਆਖਣਾ ਹੈ ਕਿ ਇਹ ਸਿਰਫ ਇੱਕ ਬੂਟਾ ਹੀ ਨਹੀਂ ਸਾਡੀ ਦਾਦੀ ਜੀ ਸਾਨੂੰ ਇਹਦੇ 'ਚ ਦਿਖਦੇ ਨੇ, ਕਿਉਂਕਿ ਜਿਹੜੇ ਇੱਕ ਪਿਆਰ ਨਾਲ ਇੱਕ ਬੂਟਾ ਲਗਾ ਕੇ ਜਾਂਦੇ ਨੇ ਅਤੇ ਇੱਕ ਉਹਨਾਂ ਦੀ ਨਿਸ਼ਾਨੀ ਜਿਹੜੀ ਹੈ ਉਹ ਇਹਨਾਂ ਨੇ ਪੂਰੀ ਸਾਂਭ ਕੇ ਰੱਖੀ ਹੋਈ ਹੈ। ਸੰਗਰੂਰ ਤੋਂ ਰਵੀ ਸ਼ਰਮਾ, ਨੈਕਸਟ ਪੰਜਾਬ।